ਆਂਦੇ ਕਹਿੰਦੇ ਜੱਟ ਦੀ ਯਾਰੀ ਮੰਦਰ ਦੇ ਪੁਜਾਰੀ ਨਾਲ ਪੱਕੀ, ਯਾਰੀ ਵੀ ਇੰਨੀ ਪੱਕੀ ਕਿ ਤੜਕੇ ਜੰਗਲ ਪਾਣੀ ਵੀ ਇਕੱਠੇ ਜਾਂਦੇ ਸੀ। ਇੱਕ ਦਿਨ ਦੋ ਜੰਗਲ ਪਾਣੀ ਗਏ, ਜਾ ਕੇ ਅੱਜ ਬੈਠੇ ਸੀ। ਪੰਡਿਤ ਜੀ ਨੂੰ ਸ਼ਰਾਰਤ ਸੁੱਝੀ, ਕਹਿੰਦਾ ਜਰਾਜ ਜੀ ਅੱਜ ਫਿਰ ਹੋ ਜਾਏ ਮੁਕਾਬਲਾ। ਕਹਿੰਦਾ ਕਿਹੜੀ ਗੱਲ ਦਾ? ਕਹਿੰਦਾ ਦੇਖਦੇ ਹਾਂ ਆਪਣੇ ਦੋਨਾਂ ਦੇ ਵਿੱਚੋਂ ਬਾਅਦ ਚੋਂ ਕੌਣ ਉੱਠੂ। ਜੱਟ ਕਹਿੰਦਾ ਠੀਕ ਹੈ, ਲਓ ਜੀ ਜਿਹੜਾ ਕੰਮ ਕਰਨਾ ਸੀ ਉਹ ਤਾਂ 5 ਮਿੰਟ 'ਚ ਨਿਬੇੜ ਲਿਆ। ਉਹ ਤੋਂ ਬਾਅਦ 12 ਵੱਜ ਗਏ, 2 ਵੱਜ ਗਏ, 2:30 ਵੱਜ ਗਏ, ਦੋਨਾਂ 'ਚ ਕੋਈ ਟਸ ਤੋਂ ਮਸ ਨਾ ਹੋਵੇ ਕਿਉਂਕਿ ਮੁਕਾਬਲਾ ਚੱਲਦਾ ਸੀ। ਜਦੋਂ ਸ਼ਾਮ ਦੇ 4:30 ਵੱਜੇ ਪੰਡਿਤ ਜੀ ਦਾ ਦਿਲ ਧੱਕ ਧੱਕ ਕਰਨ ਲੱਗਿਆ ਕਿ ਤਰਕਾਲ ਸੰਧਿਆ ਦੀ ਆਰਤੀ ਦਾ ਟਾਈਮ ਹੋ ਗਿਆ, ਸਰਦਾਰ ਜੀ ਤਾਂ ਉੱਠਣ ਦਾ ਨਾਮ ਨਹੀਂ ਲੈਂਦੇ। ਇਹਨਾਂ ਨੂੰ ਲੱਭਦਾ ਲਵਾਉਂਦਾ ਪੰਡਿਤ ਜੀ ਦਾ ਮੁੰਡਾ ਉੱਥੇ ਪਹੁੰਚ ਗਿਆ। ਕਹਿੰਦਾ ਪਿਤਾ ਜੀ ਘਰ ਨਹੀਂ ਜਾਣਾ? ਕਹਿੰਦਾ ਬੇਟੀ ਐਂ ਕਰਿਓ, ਤੂੰ ਆਪਣੀ ਮਾਤਾ ਸਵਿਤਰੀ ਨੂੰ ਕਹਿ ਦੀ ਕਿ ਤਰਕਾਲ ਸੰਧਿਆ ਦੀ ਆਰਤੀ ਉਹ ਕਰ ਲਵੇ ਅਤੇ ਸਵੇਰ ਦੀ ਆਰਤੀ ਵੇਲੇ ਟੇਪ ਲਾ ਦਿਓ, ਕਿਉਂਕਿ ਜ਼ਿਆਦਾਤਰ ਲੋਕ ਉਹਦੇ ਸੁੱਤੇ ਹੀ ਪਏ ਹੁੰਦੇ, ਉਹਨਾਂ ਨੂੰ ਕਿਹੜਾ ਪਤਾ ਲੱਗਣਾ ਵੀ ਟੇਪ ਚੱਲਦੀ ਆ ਕਿ ਪੰਡਿਤ ਜੀ ਆਪ ਬੋਲਦੇ ਆ। ਇਹਨਾਂ ਨੂੰ ਜੜਦਾ ਮੁੰਡਾ ਆ ਗਿਆ। ਕਹਿੰਦਾ ਪਾਪਾ ਜੀ ਸਵੇਰ ਦੀ ਜੰਗਲ ਪਾਣੀ ਆਏ ਹੋ, ਘਰ ਨਹੀਂ ਜਾਣਾ? ਕਹਿੰਦਾ ਪੁੱਤ ਤੂੰ ਜਾ, ਅੱਜ ਨਹੀਂ ਮੈਂ ਘਰ ਜਾਂਦਾ, ਅੱਜ ਤਾਂ ਮੇਰਾ ਪੰਡਿਤ ਜੀ ਨਾਲ ਲੀਡ ਪੇਚਾ ਪਿਆ ਹੋਇਆ। ਸੋ ਇਸ ਕਰਕੇ ਭਾਈ ਔਖੇ ਸੌਖੇ ਹਾੜੀ ਦਾ ਕੰਮ ਤੁਸੀਂ ਦੇਖ ਲਿਓ ਅਤੇ ਸੋਣੀ ਵੇਲੇ ਆਪਣੇ ਮਾਮਾ ਜੀ ਨੂੰ ਸੱਦ ਲਿਓ। ਪੰਡਿਤ ਜੀ ਦੀਆਂ ਅੱਖਾਂ ਟੱਡੀਆਂ ਗਈਆਂ। ਕਹਿੰਦਾ ਸਿਧਾਰ ਜੀ ਐਡਾ ਲੰਮਾ ਪ੍ਰੋਗਰਾਮ ਬਣਾਈ ਬੈਠੇ? ਕਹਿੰਦਾ ਹਾਂਜੀ। ਪੰਡਿਤ ਜੀ ਨੇ ਟਪੂਸੀ ਮਾਰ ਕੇ ਧੋਤੀ ਸੁੱਟ ਕੇ ਕਹਿੰਦਾ ਫਿਰ ਆਪਣੀ ਤਾਂ ਬੱਸ ਹੈ ਜੀ। ਸੋ ਇਸ ਕਹਾਣੀ ਦਾ ਨਿਚੋੜ ਕੀ ਨਿਕਲਿਆ? ਨਿਚੋੜ ਇਹ ਹੈ ਕਿ ਜੱਟਾਂ ਦਾ ਪੇਚਾ ਪੈ ਗਿਆ ਸੈਂਟਰ ਦੀ ਮਹਾਜਨ ਸਰਕਾਰ ਨਾਲ, ਅਤੇ 3-4 ਦਿਨਾਂ 'ਚ ਹੀ ਮਹਾਜਨ ਸਰਕਾਰ ਤਾਂ ਲੈਣ ਲੱਗੀ ਉਸਲ ਬੱਠੇ, ਅਤੇ ਜੱਟ ਲੈ ਕੇ ਪਹੁੰਚੇ ਨੇ 6 ਮਹੀਨੇ ਦਾ ਰਾਸ਼ਨ। ਇਹ ਤਾਂ ਵਿਆਹ ਗਏ ਹੁਣ ਤਾਂ ਨਾਨਕਿਆਂ ਤੋਂ 1.5 ਮਹੀਨਾ ਨਹੀਂ ਮੁੜਦੇ, ਇੱਥੇ ਤਾਂ ਮਸਲਾ ਇਹਨਾਂ ਦੀ ਹੋਣ ਦਾ। ਨਾਲੇ ਉਹ ਕਹਿੰਦੇ ਸਾਡਾ ਦਿੱਲੀ ਕੁੰਡਲੀ ਬਾਰਡਰ 'ਤੇ ਇੰਨਾ ਜੀ ਲੱਗ ਗਿਆ, ਜੇ ਫੈਸਲਾ ਸਾਡੇ ਹੱਕ 'ਚ ਵੀ ਹੁੰਦਾ ਨਾ ਤਾਂ ਘੱਟੋ ਘੱਟ 2.5 ਮਹੀਨੇ ਤਾਂ ਨਹੀਂ ਮੁੜਦੇ ਅਸੀਂ ਪੰਜਾਬ। ਮੇਰਾ ਕੱਲ੍ਹ ਸਮਝ ਕੇ ਹੋਵੋਗੇ ਮੈਂ ਕੀ ਕਹਿਣਾ ਚਾਹੁੰਦਾ।